ਇਸ ਸੈਸ਼ਨ ਨੂੰ ਜਿਹੜੇ ਸਵਾਲ ਜਵਾਬ ਦਾ ਤਾਸੁਰਾਤ ਦਾ ਸੈਸ਼ਨ ਹੈ ਇਸ ਨੂੰ ਇੱਥੇ ਹੀ ਮੁਕਾਨੇ ਆ ਡਾਕਟਰ ਜ਼ੂਰ ਅਹਿਮਦ ਅਵਾਨ ਸਾਹਿਬ ਨੇ ਜਿਸ ਅਜ਼ਮ ਦਾ ਇਜ਼ਹਾਰ ਕੀਤਾ ਇਨਸ਼ਾਅੱਲਾ ਅਸੀਂ ਇਸ ਨੂੰ ਪੂਰਾ ਕਰ ਸੀਏ ਦੋਸਤੋ ਭਰਾਓ ਭੈਣੋ ਇਹ ਦੋ ਰੋਜ਼ਾ ਹਿੰਕੋ ਆਲਮੀ ਕਾਨਫਰੰਸ ਦੀ ਖਾਬ ਆਇਆ ਸਾਡੇ ਇੱਥੇ ਬੈਠੇ ਹੋਏ ਬਾਜ਼ ਦੋਸਤਾਂ ਨੇ ਚਿੱਠਾਂ ਭੇਜੀਆਂ ਕਿ ਸਾਡਾ 35 ਸਾਲਾਂ ਦਾ ਖਾਬ ਹੈ ਬਾਜ਼ਾਂ ਨੇ ਕਿਹਾ 40 ਸਾਲਾਂ ਦਾ ਖਾਬ ਹੈ ਬਾਜ਼ਾਂ ਦਾ 2 ਸਾਲ ਦਾ ਖਾਬ ਹੈ ਪਰ ਇਹ ਖਾਬ ਦੀ ਤਾਬੀਰ ਅੱਜ ਹੋ ਗਈ ਹੈ ਅਤੇ ਇਹ ਦੋ ਰੋਜ਼ਾ ਹਿੰਕੋ ਆਲਮੀ ਕਾਨਫਰੰਸ ਇੱਕ ਤਾਰੀਖ ਸਾਸ ਕੰਮ ਹੋ ਚੁੱਕਾ ਹੈ ਅਤੇ ਤਾਰੀਖ ਦੇ ਸਫ਼ਿਆਂ 'ਤੇ ਇਹ ਗੱਲ ਸਬਤ ਹੋ ਚੁੱਕੀ ਹੈ ਕਿ ਹਿੰਕੋ ਬੋਲਣੇ ਵਾਲੇ ਆਪਣੀ ਜ਼ੁਬਾਨ ਅਦਬ ਸਕਾਫਤ ਅਤੇ ਹਿੰਕੋਵਾਨ ਕਮਿਊਨਿਟੀ ਨੂੰ ਤਰੱਕੀ ਦੇਣ ਦਾ ਅਜ਼ਮ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਹਿੰਕੋ ਦੀ ਤਰੱਕੀ ਦਾ ਮਕਸਦ ਕਿਸੇ ਦੂਸਰੀ ਜ਼ੁਬਾਨ ਦੀ ਤਰੱਕੀ ਨੂੰ ਤਨਜ਼ਲੀ ਦੀ ਤਰਫ ਲਿਜਾਣ ਦਾ ਮਕਸਦ ਕਤਨ ਨਹੀਂ ਗਾ ਹਿੰਕੋ ਦੀ ਤਰੱਕੀ ਜਾਂ ਹਿੰਕੋਵਾਨਾਂ ਦੀ ਤਰੱਕੀ ਦਾ ਮਕਸਦ ਕਿਸੇ ਦੂਸਰੀ ਕਮਿਊਨਿਟੀ ਕਿਸੇ ਦੂਸਰੀ ਬਰਾਦਰੀ ਨੂੰ ਤਰੱਕੀ ਦੀ ਰਸਤੇ ਸੀ ਰੋਕਣ ਦਾ ਅਜ਼ਮ ਨਹੀਂ ਗਾ ਬਲਕਿ ਜਿਸ ਟਾਈਮ ਵੀ ਮੁਖਤਲਿਫ ਗਰੋਹ ਜਦੋਂ ਤਰੱਕੀ ਕਰ ਦੇਣ ਕੋਸ਼ਿਸ਼ਾਂ ਕਰ ਦੇਣ ਅਤੇ ਉਸਦੇ ਵਿੱਚ ਦੂਸਰੇ ਗਰੋਹ ਵੀ ਇੱਕ ਉਹਨਾਂ ਦੇ ਦਰਮਿਆਨ ਸਿਹਤਮੰਦ ਮੁਕਾਬਲਾ ਹੁੰਦਾ ਅਤੇ ਇਹ ਹੀ ਦਰਅਸਲ ਅੱਲਾਹ ਤਾਲਾ ਨੂੰ ਮਕਸੂਦ ਵੀ ਹੈ ਕਿ ਇਨਸਾਨ ਨੂੰ ਇੱਕ ਨੱਕ ਦੋ ਅੱਖੀਆਂ ਇੱਕ ਮੂੰਹ ਅਤੇ ਦੋ ਕੰਨ ਨਾਲ ਪੈਦਾ ਕੀਤਾ ਲੇਕਿਨ ਇੱਥੇ ਬੈਠੇ ਇੱਕ ਬੰਦੇ ਦੀ ਵੀ ਸ਼ਕਲ ਦੂਸਰਿਆਂ ਨੂੰ ਨਹੀਂ ਮਿਲਦੀ ਵਜ੍ਹਾ ਉਸ ਇਹ ਵੇ ਇਹ ਪਛਾਣ ਦਾ ਜ਼ਰੀਆ ਵੇ ਖੁਦਾ ਆਪ ਨੂੰ ਪਛਾਣ ਕਰਾਉਣਾ ਚਾਹੁੰਦਾ ਇਸੀ ਤਰ੍ਹਾਂ ਉਸਨੇ ਇਸ ਟਾਈਮ ਜਿੰਨੇ ਵੀ ਇਨਸਾਨ ਪੈਦਾ ਕੀਤੇ ਉਹ ਇੱਕ ਜ਼ੁਬਾਨ ਨਹੀਂ ਬੋਲਦੇ ਮੁਖਤਲਿਫ ਜ਼ੁਬਾਨਾਂ ਬੋਲਦੇ ਇਹ ਵੀ ਅੱਲਾਹ ਤਾਲਾ ਨੇ ਆਪ ਨੂੰ ਮਨਵਾਉਣ ਦੀ ਖਾਤਰ ਆਪਣੀ ਜ਼ਾਤ ਦੀ ਪਛਾਣ ਕਰਾਉਣ ਦੀ ਖਾਤਰ ਬਤਾਇਆ ਕਿ ਮੈਂ ਇੱਕ ਆਦਮ ਨੂੰ ਪੈਦਾ ਕੀਤਾ ਅਤੇ ਆਦਮ ਨੂੰ ਮੁਖਤਲਿਫ ਕੌਮਾਂ ਕਬੀਲਿਆਂ 'ਚ ਤਕਸੀਮ ਕੀਤਾ ਰੰਗਾਂ ਦੇ ਲਿਹਾਜ਼ ਨਾਲ ਨਸਲਾਂ ਦੇ ਲਿਹਾਜ਼ ਨਾਲ ਜ਼ੁਬਾਨਾਂ ਦੇ ਲਿਹਾਜ਼ ਨਾਲ ਇਲਾਕਿਆਂ ਦੇ ਲਿਹਾਜ਼ ਨਾਲ ਲਿਬਾਸਾਂ ਦੇ ਲਿਹਾਜ਼ ਨਾਲ ਅਤੇ ਫਿਰ ਮੈਂ ਦੇਖਣਾ ਵਾਂ ਕਿ ਇਹਨਾਂ ਨੇ ਆਪਣੀ ਪਛਾਣ ਤਾਂ ਕਰਾਈਏ ਅਤੇ ਆਇਆ ਪਛਾਣ ਦੇ ਉਸ ਹਜ਼ਾਰ ਦੇ ਵਿੱਚ ਕਿੱਥੇ ਪਹੁੰਚੇ ਅੱਲਾ ਜਿਸ ਤਰ੍ਹਾਂ ਕੁਰਾਨ ਪਾਕ ਵਿੱਚ ਆਇਆ ਕਿ ਖੁਦਾ ਨੇ ਅੱਜ ਤੱਕ ਉਸ ਕੌਮ ਦੀ ਹਾਲਤ ਨੂੰ ਨਹੀਂ ਬਦਲਾ ਨਾ ਉਸ ਗਰੋਹ ਦੀ ਹਾਲਤ ਨੂੰ ਬਦਲਾ ਹੈ ਨਾ ਉਸ ਬਰਾਦਰੀ ਦੀ ਹਾਲਤ ਨੂੰ ਬਦਲਾ ਹੈ ਜਿਸ ਨੂੰ ਆਪ ਖਿਆਲ ਆਪਣੀ ਹਾਲਤ ਦੇ ਬਦਲਣ ਦਾ ਨਾ ਹੋਵੇ ਪਿਸ਼ੋਰੀਆਂ ਨੂੰ ਆਪਣੀ ਹਾਲਤ ਦੇ ਬਦਲਣ ਦਾ ਖਿਆਲ ਭੁੱਲ ਗਿਆ ਆ ਸੁਬਹ ਸਾਧ ਦੇ ਇਨਕਵਾਨਾਂ ਨੂੰ ਆਪਣੀ ਜ਼ਾਤ ਆਪਣੀ ਹੈਸੀਅਤ ਨੂੰ ਤਰੱਕੀ ਦੇਣ ਦਾ ਹਵਾਲਾ ਭੁੱਲ ਗਏ ਉਹ ਲੋਕ ਪਾਕਿਸਤਾਨ ਦੇ ਜਿੱਥੇ ਵੀ ਇਨਕਵਾਨ ਵੱਸਦੇ ਨੇ ਉਹਨਾਂ ਨੂੰ ਇਸ ਚੀਜ਼ ਦੀ ਪਰਵਾਹ ਹੀ ਨਹੀਂ ਆਈ ਇਸ ਚੀਜ਼ ਨੂੰ ਉਹਨਾਂ ਨੇ ਕਿਸੇ ਖਾਨੇ ਸੜ ਪਿਆ ਕਿ ਸਾਨੇ ਆਪ ਨੂੰ ਤਰੱਕੀ ਨਹੀਂ ਦੇਣੀ ਬਹਰਾਲ ਅਜ਼ਮ ਹੈ ਗੰਦਾਰਾ ਇਨਕੋ ਬੋਰਡ ਪਾਕਿਸਤਾਨ ਦਾ ਕਿ ਸਾਨੇ ਉਸੀ ਆਇਤ ਦੀ ਤਾਬੀਰ ਬਣ ਕੇ ਸਾਨੇ ਤਰੱਕੀ ਕਰਨੀ ਹੈ ਖੁਦਾ ਨੇ ਆਜ ਤੱਕ ਉਸ ਕੌਮ ਕੀ ਹਾਲਤ ਕੋ ਨਹੀਂ ਬਦਲਾ ਨਾ ਹੋ ਜਿਸ ਕੋ ਖਿਆਲ ਆਪਣੀ ਹਾਲਤ ਕੇ ਬਦਲਨੇ ਕਾ ਇਲਾਮ ਇਕਬਾਲ ਦਾ ਮਸ਼ਹੂਰ ਸ਼ੇਰ ਉਸੀ ਆਇਤ ਦੀ ਤਾਬੀਰ ਹੈ ਅਤੇ ਉਸੀ ਆਇਤ ਦੀ ਤਾਬੀਰ ਦਾ ਹਵਾਲਾ ਅਸੀਂ ਅੱਗੇ ਚਲਾਉਣੇ ਪਿਆ ਮੁਹਤਰਮ ਇਹ ਤੁਹਾਨੂੰ ਜਿਹੜੀ ਦੋ ਰੋਜ਼ਾ ਹਿੰਕੋ ਆਲਮੀ ਕਾਨਫਰੰਸ ਪਰ ਤੁਸੀਂ ਦੇਖਦੇ ਹੋ ਦੋ ਦਿਨ ਸੀ ਇਸਦੇ ਪਿੱਛੇ ਸਾਡੇ ਬਜ਼ੁਰਗਾਂ ਦੀ ਸਾਡੇ ਵੱਡੀਆਂ ਦੀ ਰਹਿਨੁਮਾਈ ਗਈ ਲੇਕਿਨ ਉਸਦੇ ਨਾਲ ਨਾਲ ਸਾਡੇ ਗੰਦਾਰਾ ਇਨਕੋ ਬੋਰਡ ਦੇ ਸਾਥੀ ਅਤੇ ਕਾਰਕੁਨ ਉਹਨਾਂ ਦੇ ਨਾਮ ਮੈਂ ਲੈਣਾ ਵਾਂ ਮੁਹਤਰਮ ਸਾਬਰ ਹੁਸੈਨ ਇਮਦਾਦ ਜਨਾਬ ਆਫਤਾਬ ਅਹਿਮਦ ਜ਼ਫਰ ਨਵੀਦ ਜਾਨੀ ਸਿਕੰਦਰ ਹਯਾਤ ਸਿਕੰਦਰ ਸਜਾਦ ਅਹਿਮਦ ਨਫੀਸ ਅਹਿਮਦ ਇਸ਼ਤਿਆਕ ਕਾਦਰੀ ਮਲਕ ਇਮਰਾਨ ਸਾਦਿਕ ਸਬਾ ਸਾਜਦ ਨਦੀਮ ਫਿਆਜ਼ ਅਹਿਮਦ ਵਜਾਹਤ ਵਸੀਮ ਸ਼ਾਹਿਦ ਜ਼ੁਬੈਰ ਸਲਮਾਨ ਮੁਹੰਮਦ ਮਜ਼ਹਰ ਅਲੀ ਇਹਨਾਂ ਲੋਕਾਂ ਨੇ ਦਿਨ ਰਾਤ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ ਆਪਣਾ ਵਸ ਲਗਾਇਆ ਅਤੇ ਮੈਂ ਇਹਨਾਂ ਸਭ ਨੂੰ ਸਲੂਟ ਕਰਨਾ ਵਾਂ ਸਭ ਨੂੰ ਸਲਾਮ ਕਰਨਾ ਵਾਂ ਅਤੇ ਮੈਂ ਇਹੀ ਪੁਕਾਰਨਾ ਵਾਂ ਕਿ ਇਹ ਜਿਹੜੇ ਮੇਰੇ 10-12 ਨਾਮ ਪੁਕਾਰੇ ਇਸ ਚਾਹੀਦਾ ਵੇ ਕਿ ਅਸੀਂ ਸੈਂਕੜਾ ਨਾਮ ਅਗਲੀ ਹਿੰਕੋ ਆਲਮੀ ਕਾਨਫਰੰਸ ਜਦੋਂ ਮੁਨਕਦ ਕਰੀਏ ਅਤੇ ਮੇਰੇ ਕੋਲ ਇੱਕ ਨਾਮਾਂ ਦੀ ਲੰਮੀ ਲਿਸਟ ਹੋਵੇ ਕਿ ਮੈਂ ਥੱਕ ਜਾਵਾਂ ਅਤੇ ਉਹ ਨਾਮ ਖਤਮ ਨਾ ਹੋਵਣ ਮੁਹਤਰਮ ਸ਼ੁਰਕਾਏ ਹਿੰਕੋ ਆਲਮੀ ਕਾਨਫਰੰਸ ਮੈਂ ਆਪਣੀ ਭੈਣਾਂ ਨੂੰ ਆਪਣੀ ਮਾਵਾਂ ਨੂੰ ਆਪਣੇ ਭਰਾਵਾਂ ਨੂੰ ਦਿਲ ਦੀ ਗਹਿਰਾਈਆਂ ਨਾਲ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਡੀ ਦਾਵਤ 'ਤੇ ਲਬੈਕ ਕਹੀਏ ਉਹਨਾਂ ਤਮਾਮ ਉਹਨਾਂ ਸਾਥੀਆਂ ਦਾ
ਜਿਹੜੇ ਪਿਸ਼ੋਰ ਸ਼ਹਿਰ ਸੀ ਬਾਹਰ ਸੀ ਤਸ਼ਰੀਫ ਲਿਆਏ ਖਾਸ ਕਰ ਉਹਨਾਂ ਬਾਪ ਦਾ ਕਿ ਜਿਹੜੇ ਮੁਲਕ ਸੀ ਬਾਹਰ ਸਿਰਫ ਔਰ ਸਿਰਫ ਇਸ ਕਾਨਫਰੰਸ ਨੂੰ ਅਟੈਂਡ ਕਰਨ ਸੇ ਆਏ ਇਸ ਕਾਨਫਰੰਸ ਨੂੰ ਸ਼ਿਰਕਤ ਕਰਨ ਸੇ ਆਏ ਮੈਂ ਦੋ ਬੰਦਿਆਂ ਦਾ ਨਾਮ ਜ਼ਰੂਰ ਲੈ ਸਾਂ ਡਾਕਟਰ ਅਮਜਦ ਹੁਸੈਨ ਦਾ ਜਿਹੜਾ ਅਮਰੀਕਾ ਸੀ ਖਾਸ ਤੌਰ 'ਤੇ ਇਸ ਕਾਨਫਰੰਸ ਨੂੰ ਅਟੈਂਡ ਕਰਨ ਸੇ ਆਏ ਅਤੇ ਡਾਕਟਰ ਇਲਾਹੀ ਬਖਸ਼ ਅਖਤਰ ਅਵਾਨ ਸਾਹਿਬ ਦਾ ਜਿਹੜਾ ਲੰਡਨ ਸੀ ਇਸ ਹਿੰਦਕੋ ਆਲਮੀ ਕਾਨਫਰੰਸ ਨੂੰ ਸ਼ਿਰਕਤ ਕਰਨ ਸੇ ਆਏ ਮੈਂ ਉਹਨਾਂ ਦੀ ਅਜ਼ਮਤ ਨੂੰ ਅਤੇ ਹਿੰਦਕੋ ਦੋਸਤੀ ਨੂੰ ਸਲਾਮ ਪੇਸ਼ ਕਰ ਲਵਾਂ ਮੈਂ ਇੱਥੇ ਗੰਦਾਰਾ ਹਿੰਦਕੋ ਬੋਰਡ ਪਾਕਿਸਤਾਨ ਦੇ ਤਿੰਨ ਅਫਰਾਦ ਦਾ ਜ਼ਿਕਰ ਕਰਨਾ ਮੁਨਾਸਬ ਸਮਝਦਾ ਹਾਂ ਇੱਕ ਡਾਕਟਰ ਜ਼ੂਰ ਅਹਿਮਦ ਅਵਾਨ ਦਾ ਇੱਕ ਡਾਕਟਰ ਅਦਨਾਨ ਗੁਲ ਦਾ ਇੱਕ ਡਾਕਟਰ ਸਲਾਹਉਦੀਨ ਦਾ ਜ਼ਿਆਉਦੀਨ ਤਾਂ ਮੈਂ ਆਪ ਹਾਂ ਮੈਂ ਕਾਰਕੁਨ ਹਾਂ ਖਾਦਮ ਹਾਂ ਨੌਕਰ ਹਾਂ ਉਸ ਤਹਿਰੀਕ ਦਾ ਉਸ ਕੰਮ ਦਾ ਜਾਂ ਹਿੰਦਕੋ ਦੇ ਨਾਮ 'ਤੇ ਹੁੰਦਾ ਪਿਆ ਹੈ ਮੈਂ ਕਰਦਾ ਕਾਰਕੁਨ ਹਾਂ ਅਤੇ ਕਾਰਕੁਨ ਹੀ ਰਹਿ ਸਾਂ ਜਨਾਬ ਅਲੀ ਮੁਖਤਰਮ ਇਸ ਤੋਂ ਬਾਅਦ ਅਸੀਂ ਹੁਣ ਖਾਣੇ ਦਾ ਵਕਫੇ ਦਾ ਐਲਾਨ ਕਰਨੇ ਹਾਂ ਖਾਣੇ ਦਾ ਵਕਫਾ ਅਸੀਂ ਪਿੱਛੇ ਗਰਾਊਂਡ ਦੇ ਵਿੱਚ ਮੈਦਾਨ ਦੇ ਵਿੱਚ ਖਾਣਾ ਤੁਹਾਡਾ ਇੰਤਜ਼ਾਰ ਕਰਦਾ ਪਿਆ ਅਸੀਂ ਉਮੀਦ ਕਰਨੇ ਹਾਂ ਕਿ ਇਸ ਸਿਲਸਿਲੇ ਜਿਹੜੀ ਕੋਤਾਹੀ ਸਾਡੇ ਸੀ ਰਹਿ ਗਈ ਹੋਵੇ ਤੁਸੀਂ ਸਾਨੂੰ ਮਾਫ ਕਰ ਸੋ ਜਿਹੜੀ ਸਾਡੀ ਖਾਸ ਕਰ ਜਿਹੜੇ ਬਾਹਰ ਦੇ ਮਹਿਮਾਨ ਆਏ ਉਹਨਾਂ ਦੀ ਮੇਜ਼ਬਾਨੀ ਦੇ ਵਿੱਚ ਅਗਰ ਸਾਡੇ ਸੀ ਕੋਈ ਕਮੀ ਰਹਿ ਗਈ ਹੋਵੇ ਤਾਂ ਅਸੀਂ ਉਹਨਾਂ ਅਸੀਂ ਇੰਤਹਾਈ ਮਦਦ ਕਰਨੇ ਹਾਂ